ਇੱਥੇ ਇਹਨੂੰ ਗਾਰਡਨ ਕਹਿ ਦਿੰਦੇ ਜਦੋਂ ਆਪਾਂ ਸਬਜ਼ੀ ਸੁਬਜ਼ੀ ਲਾਉਣੇ ਆ ਘਰੇ, ਉਹਨੂੰ ਕਹਿ ਦਿੰਦੇ ਵੀ ਗਾਰਡਨ ਲਾਉਣਾ, ਤਾਂ ਫਿਰ ਲਾ ਕੇ ਫੱਟੇ ਜੇ ਅਤੇ ਰੇਹ ਮਿਲ ਜਾਂਦੀ ਆ, ਖੁੰਬਾਂ ਦੀ ਮਿਲ ਜਾਂਦੀ ਹੈ, ਅੱਡ ਅੱਡ ਜਾਨਵਰਾਂ ਦੀ, ਗਾਈਆਂ ਦੀ ਮਿਲ ਜਾਂਦੀ, ਪਰ ਜ਼ਿਆਦਾ ਇਹ ਖੁੰਬਾਂ ਦੀ ਵਰਤਦੇ ਆ। ਅਤੇ ਇੱਥੇ ਸਾਰਾ ਕੁਛ ਹੁੰਦਾ ਗਰਮੀ 'ਚ ਹੀ ਹੈ, ਮਾਰਚ ਅਪ੍ਰੈਲ ਤੋਂ ਲੈ ਕੇ ਅਤੇ ਅਕਤੂਬਰ ਕੁ ਤੱਕ ਫਿਰ ਠੰਡ ਪੈਣ ਲੱਗ ਜਾਂਦੀ ਹੈ, ਮਾੜੀ ਮੋਟੀ ਸਨੋਅ ਦੇ ਵੀ ਚਾਂਸ ਹੋ ਜਾਂਦੇ ਆ, ਉਨਾ ਕੁ ਚਿਰ ਹੀ ਲੱਗਦੀ ਹੈ। ਪਰ ਸਾਰਾ ਕੁਛ ਹੀ ਜਿਹੜਾ ਆਪਣੇ ਠੰਡ 'ਚ ਹੁੰਦਾ ਉਹ ਕੁਛ ਵੀ ਇੱਥੇ ਗਰਮੀਆਂ 'ਚ ਹੁੰਦਾ, ਜਿਵੇਂ ਹੁਣ ਆਹ ਸਰੋਂ ਦੇਖ ਲਓ ਹੈ ਨਾ, ਅਤੇ ਆਹ ਆਪਣਾ ਛੋਲੂ ਆ, ਪਾਲਕ ਹੈ, ਮੇਥੇ ਹੈ, ਅਤੇ ਇੱਧਰ ਆਹ ਧਨੀਆ ਵਗੈਰਾ, ਟਮਾਟਰ, ਬੈਂਗਣ, ਗੰਢੇ, ਸਾਰਾ ਕੁਛ ਵਿੱਚ, ਕੁਛ ਪੁਦੀਨਾ ਵੀ ਆਪਣਾ ਲਾਇਆ ਵਾ। ਪਰ ਆਇਆਂ ਵੀ ਫਿਰ ਵੀ ਚੱਲ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਵਧੀਆ।